ਸਤਿ ਸ਼੍ਰੀ ਅਕਾਲ ਜੀ, ਮੈਂ ਸਿਮਰਨਜੀਤ ਸਿੰਘ ਵੀਜ਼ਾ ਵੇਵਸ ਤੋਂ। ਅਸੀਂ ਹੁਣ ਤੱਕ PT ਦੇ ਹਜ਼ਾਰਾਂ ਰਿਜ਼ਲਟ ਦਿੱਤੇ ਔਰ ਉਹਨਾਂ ਦੇ ਨਾਲ ਸਟੂਡੈਂਟ ਵੀਜ਼ੇ ਤੇ ਹਜ਼ਾਰਾਂ ਬੱਚੇ ਆਪਣੀ ਡ੍ਰੀਮ ਡੈਸਟੀਨੇਸ਼ਨ ਤੇ ਪਹੁੰਚ ਚੁੱਕੇ ਆ। ਹੁਣ UKVI ਦੀ ਇਸ ਟਾਈਮ ਤੇ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਡਿਮਾਂਡ ਹੈਗੀ ਔਰ ਲੋਕ ਬਹੁਤ ਜ਼ਿਆਦਾ ਕਨਫਿਊਜ਼ ਹੈਗੇ ਆ ਕਿ ਕੀ ਫਰਕ ਆ UKVI ਤੇ ਨੋਰਮਲ ਅਕੈਡਮਿਕ PT ਦੇ ਵਿੱਚ। ਇਹ ਕਨਫਿਊਜ਼ਨ ਨੂੰ ਅਸੀਂ ਦੂਰ ਕੀਤਾ ਪਿਛਲੇ 15 ਤੋਂ 20 ਦਿਨ ਦੇ ਵਿੱਚ। ਅਸੀਂ ਜਿਹੜੇ ਰਿਜ਼ਲਟ ਲਏ ਆ ਪੋਜ਼ਿਟਿਵ, ਤੁਸੀਂ ਸਾਡੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਦੇਖ ਸਕਦੇ ਹੋ। 15 ਤੋਂ 20 ਬੱਚੇ ਇਸ ਤਰ੍ਹਾਂ ਦੇ ਸੀਗੇ ਜਿਹੜੇ ਬੱਚੇ ਸੋਚਦੇ ਸੀ ਸ਼ਾਇਦ UKVI PT ਜਿਹੜੀ ਆ ਕਲੀਅਰ ਕਰਨੀ ਬਹੁਤ ਔਖੀ ਆ, ਬਟ ਉਹਨਾਂ ਬੱਚਿਆਂ ਦੇ ਡਿਜ਼ਾਇਰ ਸਕੋਰ ਲੈ ਕੇ ਦਿੱਤੇ ਔਰ ਉਹ ਆਪਣਾ ਸਕਿਲਡ ਵਰਕਰ ਵੀਜ਼ਾ ਜਿਹੜਾ UK ਦਾ ਹੈਗਾ ਅਪਲਾਈ ਕਰ ਚੁੱਕੇ ਆ ਔਰ ਉਹਨਾਂ ਵਿੱਚੋਂ ਬਹੁਤ ਸਾਰੇ ਬੱਚੇ ਸਕਿਲਡ ਵਰਕਰ ਵੀਜ਼ਾ ਲੈ ਵੀ ਚੁੱਕੇ ਆ। ਜੇ ਤੁਸੀਂ ਪਲਾਨ ਕਰ ਰਹੇ ਹੋ ਸਕਿਲਡ ਵਰਕਰ ਵੀਜ਼ਾ ਅਪਲਾਈ ਕਰਨ ਵਾਸਤੇ ਔਰ ਤੁਹਾਨੂੰ PT ਦੀ ਰਿਕੁਆਇਰਮੈਂਟ ਹੈਗੀ ਆ, ਉਹ ਰਿਕੁਆਇਰਮੈਂਟ ਅਸੀਂ ਪੂਰੀ ਕਰਾਂਗੇ। ਔਰ ਜੇ ਤੁਹਾਨੂੰ ਕੋਈ ਵੀ ਹੋਰ ਕਿਸੇ ਤਰ੍ਹਾਂ ਦੀ ਦਿੱਕਤ ਆ ਰਹੀ ਆ PT ਨੂੰ ਲੈ ਕੇ, ਤਾਂ ਤੁਸੀਂ ਵੀਜ਼ਾ ਵੇਵ ਸਟੱਡੀ ਸਰਵਿਸਿਜ਼ ਨੂੰ ਸੰਪਰਕ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ।